ਲਾਈਵ ਟੀਵੀ ਦੀ ਪੇਸ਼ਕਸ਼। ਰਾਜਨ 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 ਗੱਲ ਮੇਰਾ ਛੋਟਾ ਵੀਰ ਕੱਗੀ, ਮੇਰਾ ਵੱਡਾ ਭਰਾ ਕਾਲਾ, ਥੈਂਕ ਯੂ। ਜੱਫੀ ਨਾਲ ਜ਼ਿਆਦਾ ਮਜ਼ਾ ਆਉਂਦਾ, ਏਦਾਂ ਲੱਗਦਾ ਕਿ ਜਵਾਨ ਜੀ ਸਰਕਾਰ ਚੱਲਿਓ ਤੁਸੀਂ ਜ਼ਿੰਦਗੀ ਰਹੀ ਤਾਂ ਫੇਰ ਮਿਲਾਂਗੇ, ਮਾਲਕ ਮੇਲੇ ਇੱਦਾਂ ਹੀ ਬਣਾਉਂਦਾ ਰੱਖੇ। ਵਾਲੀ ਵਾਲ ਹਲ ਹਲ ਨਹੀਂ ਨਹੀਂ ਮੇਨ ਇਹੀ ਆ, ਇਹ ਅੰਕਰਾਂ ਵਾਲਾ ਮੇਨ ਆ। ਰੈਂਬ ਬਾਗ ਓਕੇ ਉਹੀ ਆ, ਓਕੇ ਵਾਲੀ ਇਹੀ ਆ ਮੇਨ ਬਾਈ। ਹਾਂਜੀ ਸਿੱਧੂ ਸਾਹਿਬ, ਪਹਿਲਾਂ ਦੱਸ ਦਿਓ ਮੈਨੂੰ ਟਾਈਮ ਕਿੰਨਾ ਮੇਰਾ। ਨਹੀਂ ਸ਼ੁਰੂ ਨਹੀਂ, ਮੈਂ ਸ਼ੁਰੂ ਇੱਦਾਂ ਨਹੀਂ ਕਰਦਾ, ਕਿਉਂਕਿ ਮੈਂ ਵਿੱਚ ਨਹੀਂ ਚਾਹੁੰਦਾ ਮੈਨੂੰ ਡਿਸਟਰਬ ਕਰੇ ਕੋਈ। ਮੈਂ ਆਪਣੇ ਟਾਈਮ ਦੇ ਹਿਸਾਬ ਨਾਲ ਗਾਊਂਗਾ, ਔਰ ਨਾ ਮੈਂ ਟਾਈਮ ਇੱਕ ਮਿੰਟ ਵੱਧ ਲਾਉਣਾ ਮੈਂ ਘੱਟ। ਜਿਹੜਾ ਮੈਨੂੰ ਹੁਕਮ ਹੋਇਆ ਹੈ ਉਹ 25 ਤੋਂ 30 ਮਿੰਟ ਆ, ਬਾਕੀ ਆਪਾਂ ਸੈਟਿੰਗ ਕਰ, ਠੀਕ ਹੈ ਜੀ? ਘੱਟੋ ਘੱਟ 1 ਘੰਟਾ। ਨਹੀਂ ਸਰਕਾਰ, ਨਹੀਂ ਸੋਰੀ ਸੋਰੀ ਸੋਰੀ, ਹਰ ਵਾਰੀ ਮੈਂ ਕੰਪਰੋਮਾਈਜ਼ ਨਹੀਂ ਕਰਨਾ। ਇੱਥੇ ਹਰ ਆਰਟਿਸਟ ਦਾ ਇੱਕ ਆਪਣਾ ਲੈਵਲ ਹੈ, ਇਹ ਸਰਕਾਰਾਂ ਦੀ ਰੂਹ ਬਹੁਤ ਚੰਗੀ ਹੈ, ਇਸ ਕਰਕੇ ਇੱਥੇ ਅਸੀਂ ਹਾਜ਼ਰੀ ਭਰਦੇ ਹਾਂ। ਅਤੇ ਪਲੀਜ਼ ਸਮਝਿਆ ਕਰੋ ਸਿੱਧੂ ਸਾਹਿਬ ਹਰ ਵਾਰ ਨਹੀਂ, ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਅਸੀਂ ਹਜੇ ਗਾਉਣਾ ਹੀ ਹੁੰਦਾ, 10 ਮਿੰਟ ਤਾਂ ਬੰਦਾ ਗਰਮ ਹੀ ਹੁੰਦਾ, ਔਰ ਕਿਹੜੀ ਚੀਜ਼ ਆ ਜਿਹੜੀ ਅਸੀਂ ਨਹੀਂ ਸੁਣਾ ਸਕਦੇ ਉਹ ਸਾਰੀਆਂ ਸੁਣਾ ਸਕਦੇ। ਸ਼ੁਰੂ ਕਰੀ, ਥੈਂਕ ਯੂ। ਇੱਕ ਵਾਰੀ ਜੈਕਾਰਾ ਲਾਈਏ, ਜੈਕਾਰਾ ਸ਼ਾਨਸ਼ਾਲੀ ਸਰਕਾਰ ਦਾ, ਬੋਲ ਸਾਚੇ ਦਰਬਾਰ ਕੀ, ਸੱਚੀ ਸਰਕਾਰ ਕੀ, ਸਾਚੇ ਦਰਬਾਰ ਕੀ। ਹਲੋ ਥੋੜੀ ਹਲੋ 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 ਹਲੋ। ਸੋ ਅੱਜ ਦੇ ਸਵੇਲੇ ਦੀਆਂ ਸਾਡੀ ਸਰਕਾਰ ਨੂੰ ਲੱਖ ਲੱਖ ਕਰੋੜ ਕਰੋੜ ਮੁਬਾਰਕਾਂ, ਕਿ ਹਰ ਸਾਲ ਦੀ ਤਰ੍ਹਾਂ ਸਾਡੀ ਸਰਕਾਰਾਂ ਦਾ ਮੇਲਾ ਕਰਵਾਇਆ ਜਾਂਦਾ। ਤੇ ਇੱਕ ਵਾਰੀ ਮੇਰੀ ਸਰਕਾਰ ਦੇ ਨਾਮ ਤੇ ਜ਼ੋਰਦਾਰ ਤਾੜੀਆਂ ਲਾਵੇ ਜੀ, ਜਿਹੜਾ ਖੁੱਲ ਕੇ ਸੂਰਾ ਪੂਰਾ ਦਰਬਾਰ ਦੇ ਨਾਮ ਤੇ, ਨਕੋਦਰ ਸ਼ਹਿਰ ਦੇ ਨਾਮ ਤੇ ਜ਼ੋਰਦਾਰ ਤਾੜੀਆਂ, ਕਿਉਂਕਿ ਜਿਉਂ ਜਿਉਂ ਰਾਤ ਹੋਈ ਸੌ ਕਿਉਂ ਤੋਂ ਸੁਰੀਲਾ ਗਾਣਾ ਬੜਾ ਹੋਇਆ, ਔਰ ਮੈਨੂੰ ਹਾਜ਼ਰੀ ਭਰਨ ਦਾ ਹੁਕਮ ਹੋਇਆ ਹੈ। ਔਰ ਇਸ ਦਰਬਾਰ ਦੇ ਵਿੱਚ ਜਿੰਨੇ ਵੀ ਫਕੀਰ ਦੂਰੋਂ ਦੂਰੋਂ ਚੱਲ ਕੇ ਤਸ਼ਰੀਫ ਫਰਮਾ, ਮੇਰੇ ਵੱਲੋਂ ਸਾਰਿਆਂ ਨੂੰ ਜੀ ਆਇਆਂ ਵੈਲਕਮ, ਜੈ ਮਸਤਾਂ ਦੀ। ਕਿਉਂਕਿ ਟਾਈਮ ਮੈਂ ਨੋਟ ਕਰ ਲੈਣਾ ਜਦੋਂ ਮੈਂ ਸ਼ੁਰੂ ਹੋ ਗਿਆ, ਤੇ ਤੁਹਾਡੀ ਇਜਾਜ਼ਤ ਹੋਵੇ ਤਾਂ ਗੱਲਾਂ ਕਰਨ ਦਾ ਟਾਈਮ ਸਾਹਿਬ ਬੜਾ ਘੱਟ ਆ, ਗੱਲਾਂ ਨਹੀਂ ਕਰਨੀਆਂ ਪਾਉਣਾ ਹੀ ਹੈ। ਸਰਕਾਰ ਇਜਾਜ਼ਤ ਹੈ ਜੀ, ਸ਼ੁਰੂ ਕਰੀ ਜੀ। ਥੈਂਕ ਯੂ। ਅੱਜ ਭੈਣਾਂ ਇੱਧਰ ਵੀ ਹੱਥ ਖੜੇ ਕਰਕੇ ਜੈਕਾਰਾ ਲਾ ਲਈ, ਇੱਕ ਵਾਰ ਜਦੋਂ ਵੀ ਹੱਥ ਖੜੇ ਕਰਕੇ ਜੈਕਾਰਾ ਮਸਤਾਂ ਦਾ, ਬੋਲ ਸਾਚੇ ਦਰਬਾਰ ਕੀ।
ਮੇਲਾ ਭਰ ਗਿਆ ਯਾਰਾਂ ਯਾਰ ਮਿਲ ਗਏ ਸੂਰਾ ਪੂਰਾ ਨੇ ਰੌਣਕ ਲਈ ਆ ਗਿਆ
ਜੇਕਰ ਸੂਰਪੁਰਾ ਸਰਕਾਰ ਦਾ ਬੋਲ ਸੱਚੇ ਦਰਬਾਰ ਕੀ ਸੱਚੀ ਸਰਕਾਰ
ਕੀ, ਸੱਚੇ ਦਰਬਾਰ ਕੀ, ਜੀ ਸਿੱਧੂ ਭਾਜੀ ਮੇਰੀ ਆਵਾਜ਼ ਨੂੰ ਸੁਣਦੇ ਹੋਣ ਪਲੀਜ਼ ਮੰਚ ਦੇ ਕੋਲ ਆਉਣ। ਸਿੱਧੂ ਸਿੱਧਵਾਂ ਵਾਲਾ ਮੇਰਾ ਵੀਰ ਇਸ਼ਕ ਦੀ ਗੱਲ ਕਰ ਰਿਹਾ ਸਿੱਧੂ ਬਾਬਾ ਜੀ, ਇਸ਼ਕ ਦੀ ਗੱਲ ਹੈ। ਮੇਰੇ ਨੱਕ ਵਿੱਚ ਨਥਨੀ ਤੇ ਤਨ ਉੱਤੇ ਕਖਰੀ ਤੇ ਕੰਨਾਂ ਵਿੱਚ ਭਾਗ ਉਹ ਡੰਡੀਆਂ ਹੋ ਬੁੱਲੇ ਸ਼ਾਹ ਮੈਂ ਯਾਰ ਮਨਾਉਣਾ ਤੇ ਭਾਵੇਂ ਲੋਕ ਉਡਾਵਣ ਹਟ ਹਟ ਮੁੱਲਾ ਮੈਨੂੰ ਰੋਕਣਾ ਹੀ ਮੈਨੂੰ ਘਰ ਕੰਜਰਾਂ ਦੇ ਜਾਵਣ ਦੇ ਕੰਜਰੀ ਬਣਿਆ ਮੇਰੀ ਇੱਜ਼ਤ ਨਾ ਕੱਟਦੀ ਤੇ ਮੈਨੂੰ ਨੱਚ ਕੇ ਯਾਰ ਮਨਾਵਣ ਕਿਉਂਕਿ ਸਾਈਂ ਬੁੱਲੇ ਸ਼ਾਹ ਨੇ ਆਪਣੇ ਯਾਰ ਨੂੰ ਪੈਰੀ ਇਸ਼ਕ ਦੀ ਝਾਂਜਰ ਪਾ ਕੇ ਆਪਣੇ ਮੁਰਸ਼ਦ ਨੂੰ ਮਨਾਇਆ ਸੀ। ਕਿਉਂ ਕਿਉਂ ਕਿਸੇ ਕਾਰਨ ਪੀਰ ਮੁਰਸ਼ਦ ਨਾਰਾਜ਼ ਹੋ ਗਏ। ਜਦੋਂ 12 ਸਾਲ ਕੰਜਰਾਂ ਦੇ ਘਰ ਨਾਚ ਗਾਣਾ ਸਿੱਖਿਆ, ਨਾਚ ਗਾਣਾ ਸਿੱਖ ਕੇ ਮੇਲੇ ਵਿੱਚ ਜਦੋਂ ਮੁਰਸ਼ਦ ਦੇ ਸਾਹਮਣੇ ਨੱਚਣ ਲੱਗੇ ਤੇ ਨੱਚਦੇ ਨੱਚਦੇ ਕਦਮਾਂ ਵਿੱਚ ਗਿਰ ਪਏ। ਸਰਕਾਰ ਜਦੋਂ ਦੇਖਿਆ ਸਰਕਾਰ ਮੁਰਸ਼ਦ ਨੇ ਉਹ ਕਹਿੰਦੇ ਯਾਰ ਤੂੰ ਬੁੱਲਾ ਹੈ, ਕਹਿੰਦੇ ਬੁੱਲਾ ਨਹੀਂ ਜੀ ਮੈਂ ਤੇ ਬੁੱਲਾ, ਤੇ ਜੇ ਤੇ ਇਸ਼ਕ ਹੋਵੇ ਤੇ ਮੁਰਸ਼ਦ ਨੂੰ ਨੱਚ ਕੇ ਵੀ ਮਨਾਉਣਾ ਪੈਂਦਾ ਹੈ ਤੇ ਬਿਨਾਂ ਇਸ਼ਕ ਤੋਂ ਸ਼ਹੀਦੀਆਂ ਨਹੀਂ ਹੁੰਦੀਆਂ, ਬਿਨਾਂ ਇਸ਼ਕ ਤੋਂ ਕੱਖ ਵੀ ਨਹੀਂ, ਬਿਨਾਂ ਇਸ਼ਕ ਤੋਂ ਨਾ ਤਾਂ ਚਰਖੜੀਆਂ ਤੇ ਚੜਿਆ ਜਾਂਦਾ ਨਾ ਬੰਦ ਬੰਦ ਕਟਵਾਇਆ ਜਾਂਦਾ ਤੇ ਇਸ਼ਕ ਦੀ ਉਹ ਸਾਰੀ ਗੱਲ ਹੈ। ਇਸ ਕਰਕੇ ਬੇਪਰਵਾਹ ਅੱਖੀਆਂ ਲੜੀਆਂ ਜੇ ਤੁਸੀਂ ਇਸ ਦਰਬਾਰ ਵਿੱਚ ਬੈਠੇ ਤਾਂ ਸਰਕਾਰਾਂ ਦਾ ਇਸ਼ਕ ਤੁਹਾਨੂੰ ਲੈ ਕੇ ਆਇਆ ਹੈ ਇਸ ਦਰਬਾਰ ਦੇ ਵਿੱਚ। ਜਿਨ੍ਹਾਂ ਨੂੰ ਮੁਰਸ਼ਦ ਦਾ ਇਸ਼ਕ ਲੱਗਾ ਜਰਾ ਦੋਵੇਂ ਹੱਥ ਖੜੇ ਕਰਕੇ ਤਾੜੀ ਲਾਉਣੀ ਹੈ। ਨਕੋਦਰ ਸ਼ਹਿਰ 'ਚ ਬੈਠੇ ਹੋ, ਇੱਥੇ ਤਾਂ ਗਾਉਣਾ ਤਾਂ ਦੂਰ, ਜਿੱਥੇ ਦਰਸ਼ਨ ਸਜਦਾ ਕਰਨ ਦਾ ਮੌਕਾ ਮਿਲ ਜਾਓ ਬਹੁਤ ਵੱਡੀ ਗੱਲ ਹੈ। ਇਸ ਕਰਕੇ ਜਿਹੜੇ ਸਾਈਂ ਸਾਨ ਸ਼ਾਹ ਨੂੰ ਪਿਆਰ ਕਰਦੇ ਉਹਨਾਂ ਲਈ ਮੈਂ ਕਹਿਣਾ ਤੇਰਾ ਇਸ਼ਕ ਨਚਾਉਂਦਾ ਮੈਂ ਸੱਜਣਾ ਸਾਨੂੰ ਤੇ ਨੱਚਣਾ ਨਹੀਂ ਆਉਂਦਾ
ਤੇਰਾ ਇਸ਼ਕ ਨਚਾਉਂਦਾ ਹੋ ਕੱਲ ਨੂੰ।
ਸਫਰ ਸਰਦਾਰ ਦਾ ਬੋਲ ਸਾਚੇ ਦਰਬਾਰ ਕੀ। ਥੈਂਕ ਯੂ ਮੇਰਾ ਬਾਈ ਰਾਜਨ, ਧੰਨਵਾਦ ਕਰਾਂਗਾ ਰਾਜਨ ਵੀਰੇ। ਛੋਟੀ ਜਿਹੀ ਹਾਜ਼ਰੀ, ਇੱਕ ਲਾਸਟ ਹੋਵੇਗੀ ਛੋਟੀ ਜਿਹੀ ਹਾਜ਼ਰੀ, ਉਸ ਤੋਂ ਬਾਅਦ ਮੇਰਾ ਵੀਰ ਕਮਲ ਉਹਨਾਂ ਦੇ ਸਜਿੰਦੇ ਨੂੰ ਮੈਂ ਬੇਨਤੀ ਕਰਾਂਗਾ ਪਲੀਜ਼ ਮੰਚ 'ਤੇ ਆ ਜਾਓ। ਥੈਂਕ ਯੂ ਮੇਰਾ ਵੀਰ ਰਾਜਨ। ਲੋ ਜੀ ਨਵਾਂ ਗਾਣਾ ਪਿਆਰ ਹੀ ਕਰਦੀ ਨਾ ਤੁਹਾਡੀ ਨਜ਼ਰ ਕਰਨਾ, ਜੋ ਲਾਸਟ ਮੰਥ ਤੁਸੀਂ ਲਾਂਚ ਕੀਤਾ, ਬੜੀ ਮੁਹੱਬਤ ਮਿਲੀ ਆਪ ਸਭ ਵੱਲੋਂ। ਸਰਕਾਰ ਪਿਆਰ ਹੀ ਕਰਦੀ ਨਾ ਨਵਾਂ ਟਰੈਕ ਤੁਹਾਡੀ ਨਜ਼ਰ ਕਰ ਰਿਹਾ। मेरे मन ये बता दे तू किस ओर चला है तू, सानू एक पल चैन न होवे सजना ਵੀ ਸੁਣਾਉਂਦੇ ਆ।
Yeah!
ਸਾਡੇ ਵੱਡੇ ਵੀਰ ਤੁਹਾਡੇ ਦਿਲਾਂ ਦੀ ਧੜਕਣ ਜ਼ੋਰਦਾਰ ਤਾੜੀਆਂ ਕਮਲ ਖਾਨ ਸਾਹਿਬ ਕਮਲ ਮੇਰਾ ਭਰਾ ਬਾਲੀਵੁੱਡ ਸਟਾਰ ਸਾਡਾ ਭਰਾ ਬਹੁਤ ਸੁਰੀਲਾ ਭਰਾ
ਜਗਰਾ ਸੂਰਾ ਪੂਰਾ ਸਰਕਾਰ ਦਾ ਬੋਲੇ ਸਾਂਝੇ ਦਰਬਾਰ ਗੀ ਜੈ ਲੋਹੇ ਦੇ ਨਾਲ ਸਾਡੀ ਹਾਜ਼ਰੀ ਪ੍ਰਮਾਨ ਕਰੋ ਜੀ ਥੈਂਕ ਯੂ ਸੋ ਮਚ ਪੰਜਾਬ ਲਾਈਵ ਟੀਵੀ ਦੀ ਪੇਸ਼ਕਸ਼।